person can make a difference. And then it will be the socially aware town, socially aware state, socially aware nation. ਮੈਂ ਅਭਿਮਨਿਊ ਤੋਂ ਫਾਊਂਡੇਸ਼ਨ ਕੋਰਸ ਕੀਤਾ ਸੀ 2016 'ਚ, ਫਿਰ ਉਸ ਤੋਂ ਬਾਅਦ ਮੈਂ ਇੰਟਰਵਿਊ ਗਾਈਡੈਂਸ ਲਈ ਮੌਕ ਇੰਟਰਵਿਊਸ ਦਿੱਤੀਆਂ ਅਤੇ ਇੱਥੇ ਮੈਨੂੰ ਕਾਫੀ ਗਾਈਡ ਕੀਤਾ ਵਿਵੇਕ ਸਰ ਨੇ, ਪ੍ਰਵੀਨ ਸਰ ਨੇ, ਅਤੇ ਇਹਨਾਂ ਦੀ ਗਾਈਡੈਂਸ ਦਾ ਮੇਰਾ ਇਸ ਸਾਲ ਸਿਲੈਕਸ਼ਨ ਹੋਇਆ। ਆਈ ਐਮ ਵੈਰੀ ਥੈਂਕਫੁਲ ਟੂ ਅਭਿਮਨਿਊ ਕਲਾਸਿਸ, ਸਪੈਸ਼ਲੀ ਫੋਰ ਦ ਮੇਨ ਟੈਸਟ ਸੀਰੀਜ਼। ਅਭਿਮਨਿਊ ਹੈਜ਼ ਪਲੇਡ ਐਨ ਇੰਸਟਰੂਮੈਂਟਲ ਰੋਲ। ਆਈ ਹੈਵ ਅ ਲੌਂਗ ਐਸੋਸੀਏਸ਼ਨ ਵਿਦ ਇੰਸਟੀਟਿਊਟ। ਆਈ ਹੈਵ ਬੀਨ ਅ ਸਟੂਡੈਂਟ ਆਫ ਦ ਫਾਊਂਡੇਸ਼ਨ ਕੋਰਸ ਐਂਡ ਫੋਰ ਦਿਸ ਪਰਟੀਕੁਲਰ ਐਗਜ਼ਾਮ ਆਈ ਟੂਕ ਦ ਮੇਨ ਟੈਸਟ ਸੀਰੀਜ਼। ਆਈ ਲਾਈਕ ਟੂ ਥੈਂਕ ਦ ਐਂਟਾਇਰ ਫੈਕਲਟੀ ਆਫ ਅਭਿਮਨਿਊਸ ਬਿਕੋਜ਼ ਦੇ ਲੇਡ ਅ ਸਟਰੋਂਗ ਫਾਊਂਡੇਸ਼ਨ ਬੇਸਡ ਔਨ ਮਾਈ ਪ੍ਰੈਪਰੇਸ਼ਨ। ਆਈ ਐਮ ਗ੍ਰੇਟਫੁਲ ਟੂ ਬੰਸਲ ਸਰ, ਆਰਪੀ ਸਰ, ਪ੍ਰੀਤਮ ਸਰ ਫੋਰ ਦੇ ਵੈਲਿਊ ਵੀ ਲਾਈਕ। ਆਈ ਡਿਡ ਮੌਕ ਇੰਟਰਵਿਊਸ ਫਰੋਮ ਪਰਵੀਨ ਬਾਂਸਲ ਸਰ, ਵਿਵੇਕ ਸਰ, ਆਰਪੀ ਸਰ, ਦੇ ਆਲ ਪਲੇਡ ਅ ਵੈਰੀ ਇੰਸਟਰੂਮੈਂਟਲ ਰੋਲ ਇਨ ਮਾਈ ਸਕਸੈਸ ਐਂਡ ਆਈ ਐਮ ਹੈਲੀ ਥੈਂਕਫੁਲ ਟੂ ਦੈਮ। ਆਈ ਬਿਲੀਵ ਕਿ ਜੇ ਅਭਿਮਨਿਊ ਦੇ ਵਿੱਚ ਮੈਂ ਨਾ ਪਹੁੰਚਦਾ ਤਾਂ ਸ਼ਾਇਦ ਮੇਰੇ ਲਈ ਇਹ ਰਾਹ ਹੋਰ ਵੀ ਮੁਸ਼ਕਲ ਹੁੰਦਾ ਅਤੇ ਸ਼ਾਇਦ ਬਹੁਤ ਬਹੁਤ ਲੰਬਾ ਹੁੰਦਾ, ਪਰ ਇਹਨਾਂ ਦੀ ਮਿਹਨਤ ਸਦਕਾ ਆਈ ਕੁਡ ਡੂ ਦੈਟ। ਆਈ ਡਿਡ ਮੌਕ ਇੰਟਰਵਿਊਜ਼ ਵਿਦ ਅਭਿਮਨਿਊ ਫਾਰ ਦਿਸ ਪੀਸੀਐਸ ਐਗਜ਼ਾਮ। ਅਭਿਮਨਿਊ ਇਜ਼ ਵੈਰੀ ਐਕਨੋਲਜਡ ਐਂਡ ਵਨ ਆਫ ਦ ਗੁੱਡ ਇੰਸਟੀਟਿਊਟਸ ਇਨ ਚੰਡੀਗੜ੍ਹ।